ਚੰਡੀਗੜ੍ਹ ਦੇ ਸੈਕਟਰ 22 ਸ਼ਾਸਤਰੀ ਮਾਰਕੀਟ ਦੇ ਵਿੱਚ ਉਸ ਸਮੇਂ ਹੰਗਾਮਾ ਹੋਇਆ ਜਦ ਇੱਕ ਮੰਚਲੇ ਨੌਜਵਾਨ ਨੇ ਇੱਕ ਕੁੜੀ ਨਾਲ ਬਦਤਮੀਜ਼ੀ ਕੀਤੀ, ਉਹਦੇ ਨਾਲ ਛੇੜਛਾੜ ਕੀਤੀ, ਫਿਰ ਕੀ ਸੀ ਲੋਕਾਂ ਨੇ ਫੜ ਕੇ ਛਿੱਤੜ ਪਰੇਡ ਕੀਤੀ ਔਰ ਉਸ ਤੋਂ ਬਾਅਦ ਉਹ ਭੱਜਦਾ ਨਜ਼ਰ ਆਇਆ। ਤਸਵੀਰਾਂ ਚੰਡੀਗੜ੍ਹ ਦੇ ਸੈਕਟਰ 22 ਦੀ ਨੇ ਜਿੱਥੇ ਸ਼ੋਪਿੰਗ ਕਰਨ ਆਈ ਕੁੜੀਆਂ ਦੇ ਨਾਲ ਬਦਤਮੀਜ਼ੀ ਕੀਤੀ ਗਈ, ਉਹਨਾਂ ਦੇ ਨਾਲ ਛੇੜਛਾੜ ਕੀਤੀ ਗਈ। ਹਾਲਾਂਕਿ ਜਦ ਕੁੜੀਆਂ ਨੇ ਇਸ ਦਾ ਵਿਰੋਧ ਕੀਤਾ ਤਾਂ ਆਸ ਪਾਸ ਦੇ ਲੋਕਾਂ ਨੇ ਇੱਕ ਮੁੰਡਾ ਭੱਜ ਗਿਆ ਅਤੇ ਦੂਜੇ ਮੁੰਡੇ ਨੂੰ ਫੜ ਕੇ ਉਹਦੀ ਜੰਮ ਕਰ ਉਹਦੀ ਧੁਨਾਈ ਕੀਤੀ। ਹਾਲਾਂਕਿ ਕਾਫੀ ਦੇਰ ਇਹ ਡਰਾਮਾ ਚੱਲਿਆ, ਕਰੀਬ ਅੱਧੇ ਘੰਟੇ ਤੋਂ ਵੀ ਜ਼ਿਆਦਾ ਇਹ ਡਰਾਮਾ ਵੇਖਣ ਨੂੰ ਮਿਲਿਆ ਸੈਕਟਰ 22, ਕਿਉਂਕਿ ਬਹੁਤ ਜ਼ਿਆਦਾ ਉੱਥੇ ਰਸ਼ ਹੁੰਦਾ, ਸ਼ਾਸਤਰੀ ਮਾਰਕੀਟ ਕਾਫੀ ਜ਼ਿਆਦਾ ਭੀੜ ਭਾੜ ਵਾਲਾ ਏਰੀਆ ਹੁੰਦਾ। ਹਾਲਾਂਕਿ ਭੱਜਣ ਦੀ ਵੀ ਕੋਸ਼ਿਸ਼ ਕੀਤੀ ਲੇਕਿਨ ਲੋਕਾਂ ਨੇ ਆਸ ਪਾਸ ਦੇ ਜਿਹੜੇ ਲੋਕ ਨੇ, ਦੁਕਾਨਦਾਰ ਨੇ, ਉਹਨਾਂ ਵੱਲੋਂ ਉਹਨੂੰ ਫੜ ਕੇ ਪਹਿਲਾਂ ਧੁਨਾਈ ਕੀਤੀ ਗਈ। ਉਸ ਤੋਂ ਬਾਅਦ ਉਹ ਮਾਫ਼ੀ ਮੰਗਦਾ ਨਜ਼ਰ ਆਇਆ, ਕੰਨ ਫੜ ਕੇ ਉਹ ਆਪਣੀ ਗਲਤੀ ਮੰਨਦਾ ਨਜ਼ਰ ਆਇਆ। ਹਾਲਾਂਕਿ ਲੋਕਾਂ ਨੇ ਵਿਰੋਧ ਵੀ ਕੀਤਾ ਕਿ ਪੁਲਿਸ ਦਾ ਬੀਟ ਬਾਕਸ ਬਿਲਕੁਲ ਨਾਲ ਹੀ ਹੈ, ਲੇਕਿਨ ਪੁਲਿਸ ਮੁਲਾਜ਼ਮ ਨਹੀਂ ਪਹੁੰਚੇ। ਕਰੀਬ ਅੱਧੇ ਘੰਟੇ ਤੋਂ ਵੀ ਜ਼ਿਆਦਾ ਇਹ ਪੂਰਾ ਡਰਾਮਾ ਚੱਲਿਆ, ਕਾਫੀ ਉੱਥੇ ਹੰਗਾਮਾ ਹੋਇਆ। ਹਾਲਾਂਕਿ ਮੁੰਡੇ ਨੂੰ ਕਾਫੀ ਕੁੱਟਮਾਰ ਤੋਂ ਬਾਅਦ ਉਹ ਅਚਾਨਕ ਭੱਜ ਗਿਆ, ਲੇਕਿਨ ਇਸ ਤਰ੍ਹਾਂ ਦੀ ਵਾਰਦਾਤ ਤੋਂ ਬਾਅਦ ਜਿਹੜੇ ਦੁਕਾਨਦਾਰ ਨੇ ਉਹਨਾਂ ਵੱਲੋਂ ਕਿਹਾ ਗਿਆ ਕਿ ਇੱਥੇ ਪੁਲਿਸ ਦੀ ਪੈਟਰੋਲਿੰਗ ਜ਼ਰੂਰ ਹੋਣੀ ਚਾਹੀਦੀ, ਕਿਉਂਕਿ ਕਾਫੀ ਰਸ਼ ਹੁੰਦਾ, ਕਾਫੀ ਲੋਕ ਉੱਥੇ ਆਉਂਦੇ ਆ ਸ਼ੋਪਿੰਗ ਕਰਨ ਵਾਸਤੇ ਆਉਂਦੇ, ਪਰਿਵਾਰਿਕ ਮੈਂਬਰ ਉੱਥੇ ਪਹੁੰਚਦੇ ਆ, ਲੇਕਿਨ ਇਹ ਹੰਗਾਮਾ ਹੁੰਦਾ ਰਿਹਾ, ਲੇਕਿਨ ਪੁਲਿਸ ਕਿੱਥੇ ਸੀ? ਇਹ ਹੁਣ ਇੱਕ ਸਵਾਲੀਆ ਨਿਸ਼ਾਨ ਬਣਿਆ ਹੋਇਆ। ਚੰਡੀਗੜ੍ਹ ਤੋਂ ਕੈਮਰਾਮੈਨ ਵਿਨੋਦ ਕੁਮਾਰ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ। ਚੰਡੀਗੜ੍ਹ ਦੇ ਸੈਕਟਰ 22 ਸ਼ਾਸਤਰੀ ਮਾਰਕੀਟ ਦੇ ਵਿੱਚ ਉਸ ਸਮੇਂ ਹੰਗਾਮਾ ਹੋਇਆ ਜਦ ਇੱਕ ਮੰਚਲੇ ਨੌਜਵਾਨ ਨੇ ਇੱਕ ਕੁੜੀ ਨਾਲ ਬਦਤਮੀਜ਼ੀ ਕੀਤੀ, ਉਹਦੇ ਨਾਲ ਛੇੜਛਾੜ ਕੀਤੀ, ਫਿਰ ਕੀ ਸੀ ਲੋਕਾਂ ਨੇ ਫੜ ਕੇ ਛਿੱਤੜ ਪਰੇਡ ਕੀਤੀ ਔਰ ਉਸ ਤੋਂ ਬਾਅਦ ਉਹ ਭੱਜਦਾ ਨਜ਼ਰ ਆਇਆ। ਤਸਵੀਰਾਂ ਚੰਡੀਗੜ੍ਹ ਦੇ ਸੈਕਟਰ 22 ਦੀ ਨੇ ਜਿੱਥੇ ਸ਼ੋਪਿੰਗ ਕਰਨ ਆਈ ਕੁੜੀਆਂ ਦੇ ਨਾਲ ਬਦਤਮੀਜ਼ੀ ਕੀਤੀ ਗਈ, ਉਹਨਾਂ ਦੇ ਨਾਲ ਛੇੜਛਾੜ ਕੀਤੀ ਗਈ। ਹਾਲਾਂਕਿ ਜਦ ਕੁੜੀਆਂ ਨੇ ਇਸ ਦਾ ਵਿਰੋਧ ਕੀਤਾ ਤਾਂ ਆਸ ਪਾਸ ਦੇ ਲੋਕਾਂ ਨੇ ਇੱਕ ਮੁੰਡਾ ਭੱਜ ਗਿਆ ਅਤੇ ਦੂਜੇ ਮੁੰਡੇ ਨੂੰ ਫੜ ਕੇ ਉਹਦੀ ਜੰਮ ਕਰ ਉਹਦੀ ਧੁਨਾਈ ਕੀਤੀ। ਹਾਲਾਂਕਿ ਕਾਫੀ ਦੇਰ ਇਹ ਡਰਾਮਾ ਚੱਲਿਆ, ਕਰੀਬ ਅੱਧੇ ਘੰਟੇ ਤੋਂ ਵੀ ਜ਼ਿਆਦਾ ਇਹ ਡਰਾਮਾ ਵੇਖਣ ਨੂੰ ਮਿਲਿਆ ਸੈਕਟਰ 22, ਕਿਉਂਕਿ ਬਹੁਤ ਜ਼ਿਆਦਾ ਉੱਥੇ ਰਸ਼ ਹੁੰਦਾ, ਸ਼ਾਸਤਰੀ ਮਾਰਕੀਟ ਕਾਫੀ ਜ਼ਿਆਦਾ ਭੀੜ ਭਾੜ ਵਾਲਾ ਏਰੀਆ ਹੁੰਦਾ। ਹਾਲਾਂਕਿ ਭੱਜਣ ਦੀ ਵੀ ਕੋਸ਼ਿਸ਼ ਕੀਤੀ ਲੇਕਿਨ ਲੋਕਾਂ ਨੇ ਆਸ ਪਾਸ ਦੇ ਜਿਹੜੇ ਲੋਕ ਨੇ, ਦੁਕਾਨਦਾਰ ਨੇ, ਉਹਨਾਂ ਵੱਲੋਂ ਉਹਨੂੰ ਫੜ ਕੇ ਪਹਿਲਾਂ ਧੁਨਾਈ ਕੀਤੀ ਗਈ। ਉਸ ਤੋਂ ਬਾਅਦ ਉਹ ਮਾਫ਼ੀ ਮੰਗਦਾ ਨਜ਼ਰ ਆਇਆ, ਕੰਨ ਫੜ ਕੇ ਉਹ ਆਪਣੀ ਗਲਤੀ ਮੰਨਦਾ ਨਜ਼ਰ ਆਇਆ। ਹਾਲਾਂਕਿ ਲੋਕਾਂ ਨੇ ਵਿਰੋਧ ਵੀ ਕੀਤਾ ਕਿ ਪੁਲਿਸ ਦਾ ਬੀਟ ਬਾਕਸ ਬਿਲਕੁਲ ਨਾਲ ਹੀ ਹੈ, ਲੇਕਿਨ ਪੁਲਿਸ ਮੁਲਾਜ਼ਮ ਨਹੀਂ ਪਹੁੰਚੇ। ਕਰੀਬ ਅੱਧੇ ਘੰਟੇ ਤੋਂ ਵੀ ਜ਼ਿਆਦਾ ਇਹ ਪੂਰਾ ਡਰਾਮਾ ਚੱਲਿਆ, ਕਾਫੀ ਉੱਥੇ ਹੰਗਾਮਾ ਹੋਇਆ। ਹਾਲਾਂਕਿ ਮੁੰਡੇ ਨੂੰ ਕਾਫੀ ਕੁੱਟਮਾਰ ਤੋਂ ਬਾਅਦ ਉਹ ਅਚਾਨਕ ਭੱਜ ਗਿਆ, ਲੇਕਿਨ ਇਸ ਤਰ੍ਹਾਂ ਦੀ ਵਾਰਦਾਤ ਤੋਂ ਬਾਅਦ ਜਿਹੜੇ ਦੁਕਾਨਦਾਰ ਨੇ ਉਹਨਾਂ ਵੱਲੋਂ ਕਿਹਾ ਗਿਆ ਕਿ ਇੱਥੇ ਪੁਲਿਸ ਦੀ ਪੈਟਰੋਲਿੰਗ ਜ਼ਰੂਰ ਹੋਣੀ ਚਾਹੀਦੀ, ਕਿਉਂਕਿ ਕਾਫੀ ਰਸ਼ ਹੁੰਦਾ, ਕਾਫੀ ਲੋਕ ਉੱਥੇ ਆਉਂਦੇ ਆ ਸ਼ੋਪਿੰਗ ਕਰਨ ਵਾਸਤੇ ਆਉਂਦੇ, ਪਰਿਵਾਰਿਕ ਮੈਂਬਰ ਉੱਥੇ ਪਹੁੰਚਦੇ ਆ, ਲੇਕਿਨ ਇਹ ਹੰਗਾਮਾ ਹੁੰਦਾ ਰਿਹਾ, ਲੇਕਿਨ ਪੁਲਿਸ ਕਿੱਥੇ ਸੀ? ਇਹ ਹੁਣ ਇੱਕ ਸਵਾਲੀਆ ਨਿਸ਼ਾਨ ਬਣਿਆ ਹੋਇਆ। ਚੰਡੀਗੜ੍ਹ ਤੋਂ ਕੈਮਰਾਮੈਨ ਵਿਨੋਦ ਕੁਮਾਰ ਨਾਲ ਮਨੋਜ ਰਾਠੀ, ਨਿਊਜ਼ 18।